ਪੰਜਾਬ ਦੇ ਵਿੱਚ ਪਿਛਲੇ ਦਿਨੀ ਜੋ ਵਰਤਾਰਾ ਹੋਇਆ ਬਹੁਤ ਹੀ ਮੰਦਭਾਗ ਹੈ। ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਬਹੁਤ ਵੱਡਾ ਰੁਤਬਾ ਹੈ, ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ। ਔਰ ਜਿਹੜੇ ਤਖ਼ਤ ਸਾਹਿਬ ਦੇ ਜਹਿਦਾਰ ਸਾਹਿਬਾਨ ਹੈ, ਜਿਹੜੇ ਉਸ ਪਦਵੀ 'ਤੇ ਬਹਿੰਦੇ ਨੇ, ਅਹੁਦੇ 'ਤੇ ਬਹਿੰਦੇ ਨੇ, ਛੇਵੇਂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਕੁਰਸੀ 'ਤੇ ਬਹਿੰਦੇ ਨੇ, ਉਹਨਾਂ ਦਾ ਬਹੁਤ ਵੱਡਾ ਸਤਿਕਾਰ ਹੈ, ਉਹਨਾਂ ਦਾ ਵੀ ਬਹੁਤ ਵੱਡਾ ਰੁਤਬਾ ਹੈ। ਬੜੇ ਇਤਿਹਾਸਿਕ ਫੈਸਲੇ ਅਕਾਲ ਤਖ਼ਤ ਸਾਹਿਬ ਤੋਂ ਹੁੰਦੇ ਆਏ ਨੇ, ਹੁੰਦੇ ਰਹਿਣਗੇ। ਪਰ ਪਿਛਲੇ ਦਿਨੀ ਜੋ ਸਾਰੀ ਦੁਨੀਆ 'ਚ ਵੱਸਦੇ ਲੋਕਾਂ ਨੇ ਦੇਖਿਆ, ਖਾਸ ਤੌਰ 'ਤੇ ਸਿੱਖ ਧਰਮ ਨਾਲ ਸੰਬੰਧ, ਬੜੇ ਹਿਰਦੇ ਬਲੂੰਦਰੇ ਗਏ ਕਿ ਕਿਵੇਂ ਕੋਈ ਇੱਕ ਰਾਜਨੀਤਿਕ ਬੰਦੇ ਕਿਸੇ ਇੱਕ ਪਰਿਵਾਰ ਦੀ ਵਫਾਦਾਰੀ ਨਿਭਾਉਣ ਲਈ ਕਿਸ ਤਰ੍ਹਾਂ ਨਿਰਆਧਾਰ ਬੇਸਲੈਸ ਜਿਹੜੇ ਤਖ਼ਤ ਸਾਹਿਬਾਨਾਂ ਦੇ ਜਿਹੜੇ ਜਥੇਦਾਰ ਸਾਹਿਬ ਉਹਨਾਂ 'ਤੇ ਇਲਜ਼ਾਮ ਲਾਏ ਜਾ ਰਹੇ, ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕੋਈ ਖਾਸ ਫੈਸਲੇ ਕਰਾਉਣ ਲਈ। ਬਹੁਤ ਹੀ ਨਿੰਦਣਯੋਗ ਅਤੇ ਖੰਡਨ ਕਰਨ ਯੋਗ ਗੱਲਾਂ ਨੇ ਇਹ, ਕਿਉਂਕਿ ਪੂਰੀ ਦੁਨੀਆ 'ਚ ਵੱਸਦੇ ਜਿਹੜੇ ਲੋਕ ਨੇ ਉਹਨਾਂ ਨੇ ਬੁਰਾ ਮਨਾਇਆ ਇਸ ਗੱਲ ਦਾ ਕਿ ਤੁਸੀਂ ਉਹਨਾਂ ਦੇ ਘਰ ਜਾ ਕੇ ਧਮਕੀਆਂ ਦੇ ਰਹੇ ਹੋ, ਰਿਕਾਰਡਿੰਗਾਂ ਕਰ ਰਹੇ ਹੋ ਉਹਨਾਂ ਦੀ, ਫਿਰ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਜਹਿਦਾਰ ਸਾਹਿਬਾਨ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ, ਉਹਨਾਂ ਦੀ ਵੀਡੀਓ ਬੜੀ ਭਾਵੁਕ ਹੋ ਕੇ ਉਹਨਾਂ ਨੇ ਬਣਾਈ ਕਿ ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਬੇਟੀਆਂ ਬਾਰੇ ਕੁਛ ਅਨਾਪ ਸ਼ਨਾਪ ਲਿਖਿਆ ਜਾ ਰਿਹਾ ਹੈ, ਮੇਰੇ ਜਾਤੀ ਸੂਚਕ ਗੱਲਾਂ ਮੈਨੂੰ ਕਹੀਆਂ ਜਾ ਰਹੀਆਂ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਫੇਕ ਆਈ ਡੀਜ਼ ਜਾਂ ਜਿਹੜਾ ਕੋਈ ਸੋਸ਼ਲ ਮੀਡੀਆ ਵਿੰਗ ਹੈ ਕਿਸੇ ਵੀ ਸੰਸਥਾ ਦਾ, ਇਹ ਉਹਦੇ ਤੋਂ ਸਪੋਂਸਰਡ ਹੈ, ਉਹ ਪੁਸ਼ਤ ਪਨਾਹੀ ਕਰ ਰਹੇ ਨੇ। ਬਹੁਤ ਮੰਦਭਾਗੀ ਗੱਲ ਹੈ। ਔਰ ਲੋਕਾਂ ਨੇ ਬਹੁਤ ਹੀ ਬੁਰਾ ਇਸ ਗੱਲ ਦਾ ਬਣਾਇਆ, ਜਦੋਂ ਮੈਨੂੰ ਬਹੁਤ ਸਾਰੇ ਲੋਕਾਂ ਦੇ, ਬਹੁਤ ਸਾਰੇ ਗੁਣੀ ਗਿਆਨੀ, ਧਰਮ ਦੇ ਗੁਣੀ ਗਿਆਨੀ ਲੋਕਾਂ ਦੇ ਵੀ ਫੋਨ ਆਏ, ਬਤੌਰ ਮੁੱਖ ਮੰਤਰੀ ਜਾਂ ਬਤੌਰ ਸਰਕਾਰ, ਬਤੌਰ ਆਮ ਆਦਮੀ ਪਾਰਟੀ, ਅਸੀਂ ਧਰਮ ਦੇ ਵਿੱਚ ਬਿਲਕੁਲ ਇੰਟਰਫੇਅਰ ਨਹੀਂ ਕਰਦੇ, ਧਰਮ ਦੇ ਗੁਣੀ ਗਿਆਨੀ ਲੋਕ ਜਿਹੜੇ ਨੇ ਉਹ ਧਰਮ ਨੂੰ ਚਲਾਉਣ, ਅਸੀਂ ਇਸ ਗੱਲ ਦਾ ਵਿਸ਼ਵਾਸ ਰੱਖਦੇ। ਪਰ ਜੇ ਕੋਈ ਰਾਜਨੀਤਿਕ ਬੰਦਾ ਧਮਕੀ ਦਿੰਦਾ ਪਰਿਵਾਰ ਬਾਰੇ, ਕੋਈ ਕਿਰਦਾਰ ਕੁਸ਼ੀਆਂ ਕਰਦਾ ਜਾਂ ਜਾਤੀ ਸੂਚਕ ਲਫਜ਼ ਜਾਂ ਫੇਕ ਆਈ ਡੀਜ਼ ਤੋਂ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਲਾਲਤ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਸਾਡੇ ਕੋਲ ਜੇ ਕੋਈ ਕਿਸੇ ਕਿਸਮ ਦੀ ਰਿਕਾਰਡਿੰਗ ਜਾਂ ਕੋਈ ਸ਼ਿਕਾਇਤ ਇਸ ਤਰ੍ਹਾਂ ਦੀ ਆਉਂਦੀ ਹੈ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਕਾਨੂੰਨ ਦੇ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਉਸ ਬੰਦੇ ਦੇ ਖਿਲਾਫ਼ ਕੀਤੀ ਜਾਊ, ਭਾਵੇਂ ਜਿੱਡਾ ਮਰਜ਼ੀ ਜਿਹੜਾ ਉਹ ਰਸੂਖ ਰੱਖਦਾ ਹੋਵੇ ਬੰਦਾ ਜਾਂ ਜਿਹੜੀ ਮਰਜ਼ੀ ਕੋਈ ਸੰਸਥਾ ਹੋਵੇ, ਜੇ ਕੋਈ ਲਿੰਕ ਉਹਨਾਂ ਦੀਆਂ ਆਈ ਡੀਜ਼ ਦਾ ਸੋਸ਼ਲ ਮੀਡੀਆ ਦਾ ਕੋਈ ਮਿਲਦਾ ਤਾਂ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ, ਕਿਉਂਕਿ ਧਰਮ ਦੇ ਜਿਹੜੇ ਸਾਡੇ ਜਹਿਦਾਰ ਸਾਹਿਬਾਨ ਨੇ ਬਹੁਤ ਸਤਿਕਾਰਯੋਗ ਨੇ, ਆਦਰਯੋਗ ਨੇ, ਅਤੇ ਉਹਨਾਂ ਨੇ ਵੀ ਸਮਾਜ ਦੇ ਵਿੱਚ ਹੀ ਰਹਿਣਾ, ਉਹਨਾਂ ਦੇ ਬੱਚਿਆਂ ਨੇ ਵੀ ਸਮਾਜ ਦੇ ਵਿੱਚ ਰਹਿਣਾ। ਸੋ ਮੈਂ ਇੱਕ ਵਾਰੀ ਫਿਰ ਜਿੱਥੇ ਮੈਂ ਖੰਡਨ ਕਰਦਾ, ਨਿੰਦਿਆ ਕਰਦਾ ਇਸ ਮੰਦਭਾਗੀ ਜੋ ਘਟਨਾਵਾਂ ਹੋਈਆਂ ਪਿਛਲੇ ਦਿਨਾਂ 'ਚ, ਉੱਥੇ ਮੈਂ ਫਿਰ ਦੁਬਾਰਾ ਇਹਦਾ ਗੱਲ ਕਹਿਣਾ ਕਿ ਚਾਹੇ ਉਹ ਸਾਈਬਰ ਕ੍ਰਾਈਮ ਦੇ ਥਰੂ ਹੋਵੇ, ਚਾਹੇ ਉਹ ਵੈਸੇ ਕੋਈ ਕਿਸੇ ਦੇ
बंदे दे थ्रू कोई का कोई धमकी दी है या कोई इस तरह का कोई हरकत की है तो कोई रिकॉर्डिंग या कोई सानू कोई जी शिकायत मिलती है तो सख्त तो सख्त कानूनी कार्रवाई उस बंदे के खिलाफ की जाएगी।